ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਆ। ਜਦੋਂ ਤੁਹਾਨੂੰ ਇਸ ਮਾਮਲੇ ਦੇ ਬਾਰੇ ਦੱਸਾਂਗੇ ਤਾਂ ਤੁਸੀਂ ਹੈਰਾਨ ਵੀ ਹੋਵੋਗੇ ਤੇ ਤੁਹਾਡਾ ਹਾਸਾ ਵੀ ਜ਼ਰੂਰ ਆਏਗਾ ਤੇ ਤੁਸੀਂ ਕਹੋਗੇ ਕਿ ਅਜਿਹਾ ਕੀ ਹੋ ਗਿਆ ਸੀ ਕਿ ਜਹਾਜ਼ ਹੀ ਨੀਚੇ ਲੈਂਡ ਕਰਵਾ ਦਿੱਤਾ। ਜੀ ਬਿਲਕੁਲ, ਦੱਸ ਦਈਏ ਕਿ ਇੱਕ ਜਹਾਜ਼ ਦੇ ਵਿੱਚ ਮਹਿਲਾ ਔਰਤ ਦੇ ਨਾਲ ਹੋਰ ਬਹੁਤ ਸਾਰੇ ਯਾਤਰੀ ਯਾਤਰਾ ਕਰ ਰਹੇ ਸਨ, ਪਰ ਕੀ ਪਤਾ ਸੀ ਕਿ ਇਸ ਯਾਤਰਾ ਦੌਰਾਨ ਇੰਨਾ ਘਸਮਾਣ ਪੈ ਜਾਵੇਗਾ ਕਿ ਜਹਾਜ਼ ਦੀ ਜਿਹੜੀ ਆ ਲੈਂਡਿੰਗ ਐਮਰਜੈਂਸੀ ਕਰਵਾਉਣੀ ਪੈ ਜਾਵੇਗੀ। ਜੀ ਬਿਲਕੁਲ ਸਹੀ ਸੁਣਿਆ ਤੁਸੀਂ ਨੇ, ਜਹਾਜ਼ ਦੇ ਵਿੱਚ ਸਾਰੇ ਸ਼ਾਂਤਮਈ ਤਰੀਕੇ ਦੇ ਨਾਲ ਸਫ਼ਰ ਕਰ ਰਹੇ ਸਨ। ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਹੰਗਾਮਾ ਹੋਵੇਗਾ ਅਤੇ ਬਾਅਦ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪੈ ਜਾਵੇਗੀ। ਦਰਅਸਲ ਇਸ ਔਰਤ ਨੂੰ ਲੈ ਕੇ ਹੀ ਪੂਰਾ ਹੰਗਾਮਾ ਹੋਇਆ, ਉੱਥੇ ਮੌਜੂਦ ਦੋ ਕੁੜੀਆਂ ਦੇ ਵੱਲੋਂ ਪੂਰਾ ਹੰਗਾਮਾ ਕੀਤਾ ਗਿਆ ਅਤੇ ਔਰਤ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ। ਆਖਿਰ ਅਜਿਹਾ ਕੀ ਸੀ, ਕਿਉਂਕਿ ਔਰਤ ਦੇ ਸਿਰ 'ਤੇ ਉਹਨਾਂ ਨੇ ਕੋਈ ਅਜੀਬ ਚੀਜ਼ ਦੇਖ ਲਈ ਸੀ, ਜਿਸ ਤੋਂ ਬਾਅਦ ਉਹਨਾਂ ਨੇ ਹੰਗਾਮਾ ਕੀਤਾ, ਹਫੜਾ ਦਫੜੀ ਮਚੀ ਅਤੇ ਜਹਾਜ਼ ਦੀ ਜਿਹੜੀ ਆ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ। ਕੀ ਆ ਪੂਰਾ ਮਾਮਲਾ, ਅਜਿਹਾ ਕੀ ਦੇਖਿਆ ਸੀ ਉਹਨਾਂ ਕੁੜੀਆਂ ਨੇ, ਆਓ ਤੁਹਾਨੂੰ ਦੱਸਦੇ ਹਾਂ। ਲਾਸ ਏਂਜਲਸ ਨਿਊਯਾਰਕ ਦੇ ਏਅਰਲਾਈਨਸ ਦੀ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦਰਅਸਲ ਇੱਕ ਔਰਤ ਦੇ ਸਿਰ ਦੇ ਵਿੱਚ ਕਥਿਤ ਤੌਰ ਉੱਤੇ ਜੂਆਂ ਮਿਲਣ ਤੋਂ ਬਾਅਦ ਇੱਕ ਫਲਾਈਟ ਨੂੰ ਫੀਨਿਕਸ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਇਸ ਦੱਸਦੀ ਕਿ ਇੱਕ ਵਿਅਕਤੀ ਨੇ ਆਪਣਾ ਅਨੁਭਵ ਸਾਂਝਾ ਕੀਤਾ। ਉਹਨਾਂ ਨੇ ਕਿਹਾ ਕਿ ਜਹਾਜ਼ ਦੇ ਵਿੱਚ ਮੌਜੂਦ ਚਾਲਕ ਦਲ ਦੇ ਮੈਂਬਰਾਂ ਨੇ ਡਿਵਾਈਸਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਯਾਤਰੀ ਕਾਫ਼ੀ ਹੈਰਾਨ ਹੋ ਗਏ। ਲੋਕਾਂ ਮੁਤਾਬਿਕ ਇਹ ਘਟਨਾ ਜੂਨ ਮਹੀਨੇ ਦੀ ਹੈ। ਦੱਸ ਦਈਏ ਕਿ ਵੀਡੀਓ ਦੇ ਵਿੱਚ ਇਥਨ ਜੁਡੇਸਨ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਆਲੇ ਦੁਆਲੇ ਦੇਖਿਆ ਕਿ ਕੋਈ ਵੀ ਗਰਾਊਂਡ ਉੱਤੇ ਨਹੀਂ ਸੀ ਅਤੇ ਕੋਈ ਵੀ ਘਬਰਾਇਆ ਨਹੀਂ ਸੀ। ਮੈਂ ਸੋਚਿਆ ਇਹ ਇੰਨਾ ਡਰਾਉਣਾ ਨਹੀਂ ਹੈ। ਅਸੀਂ ਜਹਾਜ਼ ਤੋਂ ਬਾਹਰ ਨਿਕਲੇ, ਜਿਵੇਂ ਹੀ ਅਸੀਂ ਉਤਰੇ ਤਾਂ ਇੱਕ ਔਰਤ ਅਚਾਨਕ ਸਾਡੇ ਸਾਹਮਣੇ ਆ ਗਈ। ਜੁਡੇਸਨ ਨੇ ਹੋਰ ਯਾਤਰੀਆਂ ਤੋਂ ਸੁਣਿਆ ਕਿ ਕੁਝ ਲੋਕਾਂ ਨੇ ਔਰਤ ਦੇ ਸਿਰ 'ਤੇ ਜੂਆਂ ਨੂੰ ਰੇਂਗਦੇ ਦੇਖਿਆ। ਉਸਨੇ ਇਸ ਬਾਰੇ ਫਲਾਈਟ ਅਟੈਂਡੈਂਟ ਨੂੰ ਸੂਚਿਤ ਕੀਤਾ। ਜੁਡੇਸਨ ਨੇ ਟਿਕਟੌਕ ਵੀਡੀਓ ਦੇ ਵਿੱਚ ਕਿਹਾ ਕਿ ਦੋ ਕੁੜੀਆਂ ਨੇ ਔਰਤ ਦੇ ਸਿਰ 'ਤੇ ਜੂਆਂ ਘੁੰਮਣ ਦੀ ਰਿਪੋਰਟ ਕੀਤੀ। ਉਤਰਨ ਤੋਂ ਬਾਅਦ ਯਾਤਰੀਆਂ ਨੂੰ 12 ਘੰਟੇ ਦੀ ਦੇਰੀ ਬਾਰੇ ਸੂਚਿਤ ਕੀਤਾ ਗਿਆ ਅਤੇ ਉਹਨਾਂ ਨੂੰ ਹੋਟਲ ਬਾਊਚਰ ਦਿੱਤੇ ਗਏ ਨੇ। ਉਸਨੇ ਅੱਗੇ ਕਿਹਾ ਕਿ ਜਿਵੇਂ ਹੀ ਅਸੀਂ ਫੀਨਿਕਸ ਵਿੱਚ ਉਤਰੇ ਤਾਂ ਸਾਨੂੰ ਇੱਕ ਹੋਟਲ ਵਾਊਚਰ ਦੇ ਨਾਲ ਇੱਕ ਈਮੇਲ ਮਿਲੀ। ਹਾਲਾਂਕਿ ਅਮਰੀਕਨ ਏਅਰਲਾਈਨਸ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਸਪਸ਼ਟ ਕੀਤਾ ਗਿਆ ਕਿ ਇੱਕ ਮੈਡੀਕਲ ਐਮਰਜੈਂਸੀ ਕਾਰਨ ਫਲਾਈਟ ਨੂੰ ਮੋੜਿਆ ਗਿਆ ਸੀ। ਬਾਅਦ ਵਿੱਚ ਸਾਰੇ ਯਾਤਰੀਆਂ ਨੂੰ ਲਾਸ ਏਂਜਲਸ ਲਿਜਾਇਆ ਗਿਆ, ਜਾਣੀ ਕਿ ਇੱਥੇ ਸਿਰਫ ਇੱਕ ਔਰਤ ਦੇ ਕਰਕੇ ਫਲਾਈਟ ਦੀ ਜਿਹੜੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ, ਕਿਉਂਕਿ ਉਸ ਔਰਤ ਦੇ ਸਿਰ 'ਤੇ ਕਾਫ਼ੀ ਜ਼ਿਆਦਾ ਜੂਆਂ ਸਨ, ਜਿੱਥੇ ਕਿ ਉਸਦੇ ਨਾਲ ਬੈਠੀਆਂ ਕੁਝ ਲੜਕੀਆਂ ਨੇ ਇਹ ਸਭ ਕੁਝ ਦੇਖਿਆ, ਜਿਸ ਦੀ ਸ਼ਿਕਾਇਤ ਉਹਨਾਂ ਨੇ ਕਰ ਦਿੱਤੀ, ਪਰ ਐਮਰਜੈਂਸੀ ਜਹਾਜ਼ ਨੂੰ ਲੈਂਡ ਕਰਵਾਉਣਾ ਪਿਆ। ਪਰ ਇੱਥੇ ਇਹ ਵੀ ਗੱਲ ਹੁੰਦੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਕਰਕੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇੱਕ ਔਰਤ ਦੇ ਸਿਰ 'ਤੇ ਜੂਆਂ ਸੀ। ਜੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਾਂ ਤਾਂ ਫਿਰ ਉਸ ਤੋਂ ਆਪਣੀ ਦੇਖਭਾਲ ਨਹੀਂ ਹੁੰਦੀ ਹੋਣੀ, ਇਸ ਕਰਕੇ ਉਸਦੇ ਸਿਰ 'ਤੇ ਜੂਆਂ ਪੈ ਗਈਆਂ। ਸਭ ਤੋਂ ਵੱਡੀ ਗੱਲ ਕੀ ਆ ਕਿ ਇੱਥੇ ਛੋਟੀ ਜਿਹੀ ਗੱਲ ਦੇ ਪਿੱਛੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ, ਜਿੱਥੇ ਲੋਕ ਪਰੇਸ਼ਾਨ ਹੋ ਗਏ ਸਨ ਅਤੇ ਲੋਕ ਵੀ ਬਾਅਦ 'ਚੋਂ ਹੱਸ ਰਹੇ ਸਨ ਕਿ ਇਹ ਕਿਹੋ ਜਿਹਾ ਮਾਮਲਾ ਜਿਸ ਕਰਕੇ ਅੱਜ ਫਲੈਟ ਜਿਹੜਾ ਆ ਨੀਚੇ ਉਤਾਰਨੀ ਪਈ ਆ। ਤੁਸੀਂ ਇਸ ਮਾਮਲੇ ਨੂੰ ਲੈ ਕੇ ਕੀ ਰਾਏ ਰੱਖਦੇ ਹੋ, ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ।